ਗੁਰੂ ਰੂਪਿਆਰੀ ਸਾਧ ਸੰਗਤ ਜੀ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ಅಮੂਲਕ ਰਚਨਾ ਹੈ ਜਿਸ ਦਾ ਸਿਰਲੇਖ ਹੈ ਆਤਮਾ ਦਾ ਜਗਤ ਇਸ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਉਹ ਕੀ ਕੀ ਕਾਰਨ ਹਨ ਜਿਸ ਕਰਕੇ ਅਸੀਂ ਸੰਸਾਰ ਵਿੱਚ ਜਕੜੇ ਪਏ ਹਾਂ ਆਤਮਾ ਦੇ ਜਗਤ ਵਿੱਚ ਉਡਾਰੀਆਂ ਨਹੀਂ ਲਾ ਸਕਦੇ ਫਿਰ ਉਹਨਾਂ ਨੇ ਇਹ ਦਰਸਾਇਆ ਹੈ ਕਿ ਉਸ ਜਗਤ ਵਿੱਚ ਪਰਵੇਸ਼ ਕਰਨ ਲਈ ਸਖਤ ਮਿਹਨਤ ਦੀ ਲੋੜ ਹੈ ਤੇ ਅੰਤ ਵਿੱਚ ਇਕ ਉਦਾਹਰਣ ਰਾਈ ਦਰਸਾਇਆ ਹੈ ਕਿ ਜੋ ਉਸ ਸੰਸਾਰ ਵਿੱਚ ਵਿਚਰਦੇ ਹਨ ਇਸ ਸੰਸਾਰ ਵਿੱਚ ਜੋ ਸੈਤ ਸੁਭਾਇਓ ਕਰਦੇ ਹਨ ਉਹਨਾਂ ਨੂੰ ਉਸ ਗੱਲ ਦਾ ਚੇਤਾ ਵੀ ਨਹੀਂ ਰਹਿੰਦਾ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮੈਨੂੰ ਇਹ ਨਹੀਂ ਪਤਾ ਕਿ ਇਸ ਬਾਰੇ ਵਿਦਵਾਨ ਕੀ ਕਹਿੰਦੇ ਹਨ ਪਰ ਮੇਰਾ ਮੁਰਸ਼ਿਦ ਜੋ ਇੱਕ ਬੋਲਾ ਪਾਲਾ ਤੇ ਨਿਰਛਲ ਬੰਦਾ ਸੀ ਇੰਜ ਕਹਿੰਦਾ ਸੀ ਆਤਮਾ ਦਾ ਵੀ ਇੱਕ ਆਪਣਾ ਜਗਤ ਕੁਝ ਤਾਂ ਧਰਤੀ ਵਿੱਚ ਸਿੱਕੇ ਦੇ ਭਾਰ ਦੀ ਤਰ੍ਹਾਂ ਦੱਬੇ ਹੋਏ ਹਨ ਕੁਝ ਵਿਚਾਰਾਂ ਦੀ ਕੈਦ ਦੇ ਬੰਦੀ ਹਨ ਉਹ ਉੱਡ ਸਕਣ ਲਈ ਅਤਿ ਪਾ ਰਹੇ ਹਨ ਕੁਝ ਹੋਰ ਆਪਣੇ ਹੀ ਹਿੰਸਕ ਕਰਮਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਹਨ ਪਰ ਅਜੇ ਬਹੁਤ ਥੋੜੇ ਹਨ ਜੋ ਵਾਹਿਗੁਰੂ ਦਾ ਨਾਮ ਜਪ ਕੇ ਸ਼ਰੀਰ ਰੂਪੀ ਪਿੰਜਰੇ ਵਿੱਚੋਂ ਬਾਹਰ ਆ ਕੇ ਪੰਛੀਆਂ ਵਰਗੀ ਉੱਚੀ ਉਡਾਰੀ ਲਾ ਸਕਦੇ ਹਨ ਫਿਰ ਦੁਆਰਾ ਦਿਏ ਜੀ ਆਤਮਾ ਵੀ ਇੱਕ ਆਪਣਾ ਜਗਤ ਹੈ ਕੁਝ ਤਾਂ ਧਰਤੀ ਵਿੱਚ ਸਿੱਕੇ ਦੇ ਭਾਰ ਦੀ ਤਰ੍ਹਾਂ ਦੱਬੇ ਹੋਏ ਹਨ ਕੁਝ ਵਿਚਾਰਾਂ ਦੀ ਖੈਰ ਦੇ ਬੰਦੀ ਹਨ ਉਹ ਉਲਡ ਸਕਣ ਲਈ ਅਤ ਭਾਰੇ ਹਨ ਕੁਝ ਹੋਰ ਆਪਣੇ ਹੀ ਹਿੰਸਕ ਕਰਮਾਂ ਦੀਆਂ ਜ਼ੰਜੀਰਾਂ ਵਿੱਚ ਜਕੜੇ ਹੋਏ ਹਨ ਪਰ ਅਜੇ ਹੀ ਬਹੁਤ ਥੋੜੇ ਹਨ ਜੋ ਵਾਹਿਗੁਰੂ ਦਾ ਨਾਮ ਜਪ ਕੇ ਸ਼ਰੀਰ ਰੂਪੀ ਪਿੰਜਰੇ ਵਿੱਚੋਂ ਬਾਹਰ ਆ ਕੇ ਪੰਛੀਆਂ ਵਰਗੀ ਉੱਚੀ ਉਡਾਰੀ ਲਾ ਸਕਦੇ ਹਨ ਸਾਡਾ ਹਰ ਸਵਾਸ ਸਾਨੂੰ ਅਵਸਰ ਬਖਸ਼ਦਾ ਹੈ ਕਿ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਪਦਾਰਥ ਜਗਤ ਦੇ ਬੰਧਨਾ ਤੋਂ ਮੁਕਤ ਹੋਈਏ ਅਸੀਂ ਆਪਣੇ ਸਵਾਸਾਂ ਨੂੰ ਵਿਅਰਥ ਗਵਾਉਂਦੇ ਹਾਂ ਇਹਨਾਂ ਨੂੰ ਚਿੱਕੜ ਵਿੱਚ ਢੋਲ ਦਿੰਦੇ ਹਾਂ ਸਾਡੇ ਸਵਾਸਾਂ ਵਿੱਚੋਂ ਦੁਰਗੰਧ ਆਉਂਦੀ ਹੈ ਸਾਡੇ ਸ਼ਰੀਰ ਵਿੱਚ ਸਾਡਾ ਮਨ ਗਫਲਤ ਯਾਨੀ ਬੇਸਮਝੀ ਦਾ ਸ਼ਿਕਾਰ ਹੈ ਅਸੀਂ ਮਾਇਆ ਦੀ ਮਿਰਕ ਤ੍ਰਿਸ਼ਨਾ ਪਿੱਛੇ ਨਰਸਦੇ ਫਿਰਦੇ ਹਾਂ ਤੇ ਸਾਨੂੰ ਬੇਤਿਆਨੀ ਦਾ ਸਪ ਸਦਾ ਡੰਗਦਾ ਰਹਿੰਦਾ ਹੈ ਸਾਡੀ ਸਾਰੀ ਹੋਂਦ ਵਿੱਚੋਂ ਸੜਿਆਂ ਉੱਠਦੀ ਹੈ ਸਾਡੇ ਸਹਾਇਕ ਵੀ ਸਾਥੋਂ ਦੂਰ ਨਸ ਜਾਂਦੇ ਹਨ ਅਸੀਂ ਉੱਚੀ ਉੱਚੀ ਕੂਕਦੇ ਤੇ ਹੰਝੂ ਘੇਰਦੇ ਹਾਂ ਪਰ ਨਿਰ ਇਨ ਹੰਝੂਆਂ ਨੂੰ ਡੋਲਣ ਦਾ ਕੀ ਲਾ ਪ੍ਰਬੂ ਦੀ ਆਤਮਾ ਵਿੱਚ ਸ્વાસ ਲੈਣਾ ਬੜਾ ਬਖਮਕਾਰਜ ਹੈ ਕਿ ਲਗਾਤਾਰ ਅਭਿਆਸ ਤੇ ਮਿਹਨਤ ਬਿਨਾਂ ਅਸੀਂ ਅਜੇ ਉੱਚ ਪਹਾੜਾਂ ਵਾਲੀ ਅਵਸਥਾ ਤੱਕ ਪਹੁੰਚ ਸਕਦੇ ਹਾਂ ਜਗਿਆਸੂਓ ਸਖਤ ਮਿਹਨਤ ਕਰੋ ਜਿਵੇਂ ਬੱਚੇ ਆਪਣੇ ਸਕੂਲ ਦਾ ਸਬਕ ਯਾਦ ਕਰਦੇ ਹਨ ਵਾਰ-ਵਾਰ ਉਹ ਵਰਣਮਾਲਾ ਦੇ ਅੱਖਰਾਂ ਦੀ ਮਹਾਰਨੀ ਨੂੰ ਰੜ੍ਹਦੇ ਹਨ ਜਦੋਂ ਉਹ ਇਸ ਤਰ੍ਹਾਂ ਆਪਣੇ ਸਬਕ ਨੂੰ ਰਟ ਰਹੇ ਹੁੰਦੇ ਹਨ ਤਾਂ ਕਈ ਵਾਰ ਉਹਨਾਂ ਦੀ ਇਹ ਸਮਝ ਵੀ ਨਹੀਂ ਪੈਂਦੀ ਕਿ ਉਹਨਾਂ ਸ਼ਬਦਾਂ ਦੇ ਕੀ ਅਰਥ ਹਨ ਜਿਨ੍ਹਾਂ ਨੂੰ ਕਿ ਉਹ ਵਾਰ-ਵਾਰ ਦੁਹਰਾ ਰਹੇ ਹਨ ਹਾਂਜੀ ਫਿਰ ਦੁਹਰਾ ਲਈ ਸਾਡਾ ਹਰ ਸ્વાસ ਸਾਨੂੰ ਅਵਸਰ ਬਖਸ਼ਦਾ ਹੈ ਕਿ ਅਸੀਂ ਵਾਹਿਗੁਰੂ ਦਾ ਨਾਮ ਸਿਮਰਨ ਕਰਕੇ ਪਦਾਰਥਕ ਜਗਤ ਦੇ ਬੰਧਨਾਂ ਤੋਂ ਮੁਕਤ ਹੋਈਏ ਅਸੀਂ ਆਪਣੇ ਸਵਾਸਾਂ ਨੂੰ ਵਿਅਰਥ ਗਵਾਉਂਦੇ ਹਾਂ ਇਨਾਂ ਨੂੰ ਚਿੱਕੜ ਵਿੱਚ ਡੋਲ ਦਿੰਦੇ ਹਾਂ ਸਾਡੇ ਸਵਾਸਾਂ ਵਿੱਚੋਂ ਦੁਰਗੰਧ ਆਉਂਦੀ ਹੈ ਸਾਡੇ ਸ਼ਰੀਰ ਵਿੱਚ ਸਾਡਾ ਮਨ ਗਫਲਤ ਬੇਸਮਝੀ ਦਾ ਸ਼ਿਕਾਰ ਹੈ ਅਸੀਂ ਮਾਇਆ ਦੀ ਮਿਰਗ ਤ੍ਰਿਸ਼ਨਾ ਪਿੱਛੇ ਨੱਠਦੇ ਫਿਰਦੇ ਹਾਂ ਤੇ ਸਾਨੂੰ ਬੇਧਿਆਨੀ ਦਾ ਸੱਪ ਸਦਾ ਡੰਗਦਾ ਰਹਿੰਦਾ ਹੈ ਸਾਡੀ ਸਾਰੀ ਹੋਂਦ ਵਿੱਚੋਂ ਹੀ ਸਣਿਆਂ ਉੱਠਦੀ ਹੈ ਸਾਡੇ ਸਹਾਇਕ ਵੀ ਸਾਥੋਂ ਦੂਰ ਨਸ ਜਾਂਦੇ ਹਨ ਅਸੀਂ ਉੱਚੀ ਉੱਚੀ ਕੂਕਦੇ ਤੇ ਹੰਝੂ ਕੇੜਦੇ ਹਾਂ ਪਰ ਨਿਰਾਇਨਾਂ ਹੰਝੂਆਂ ਨੂੰ ਡੋਲਣ ਦਾ ਕੀ ਲਾਭ ਪ੍ਰਭੂ ਦੀ ਆਤਮਾ ਵਿੱਚ ਵਿਸ਼ਵਾਸ ਲੈਣਾ ਬੜਾ ਵਿਖਮ ਕਾਰਜ ਹੈ ਕਿ ਲਗਾਤਾਰ ਅਭਿਆਸ ਤੇ ਮਿਹਨਤ ਬਿਨਾ ਅਸੀਂ ਅਜੇ ਉੱਚ ਪਹਾੜਾਂ ਵਾਲੀ ਅਵਸਥਾ ਤੱਕ ਪਹੁੰਚ ਸਕਦੇ ਹਾਂ ਜਗਿਆਸੂਓ ਸਖਤ ਮਿਹਨਤ ਕਰੋ ਜਿਵੇਂ ਬੱਚੇ ਆਪਣੇ ਸਕੂਲ ਦਾ ਸਬਕ ਯਾਦ ਕਰਦੇ ਹਨ ਵਾਰ-ਵਾਰ ਉਹ ਵਰਣਮਾਲਾ ਦੇ ਅੱਖਰਾਂ ਤੇ ਮੁਹਾਰਨੀ ਨੂੰ ਰੜਦੇ ਹਨ ਜਦੋਂ ਉਹ ਇਸ ਤਰ੍ਹਾਂ ਆਪਣੇ ਸਬਕ ਨੂੰ ਰਟ ਰਹੇ ਹੁੰਦੇ ਹਨ ਤਾਂ ਕਈ ਵਾਰ ਉਹਨਾਂ ਦੀ ਇਹ ਸਮਝ ਵੀ ਨਹੀਂ ਪੈਂਦੀ ਕਿ ਉਹਨਾਂ ਸ਼ਬਦਾਂ ਦੇ ਕੀ ਅਰਥ ਹਨ ਜਿਨ੍ਹਾਂ ਨੂੰ ਕਿਉਂ ਵਾਰ-ਵਾਰ ਦੁਹਰਾ ਰਹੇ ਹੁੰਦੇ ਹਨ ਇੱਕ ਸੰਸਾਰੀ ਮਨੁੱਖ ਨੇ ਇੱਕ ਰੱਬੀ ਜੀਵਣੇ ਨੂੰ ਪ੍ਰਸ਼ਾਦ ਛਕਣ ਲਈ ਬੇਨਤੀ ਕੀਤੀ ਪਰ ਉਹ ਰੱਬੀ ਬੰਦਾ ਪ੍ਰਸ਼ਾਦ ਛਕਣ ਨਾ ਗਿਆ ਸ਼ਾਇਦ ਉਹ ਉਸ ਸਮੇਂ ਇਸ ਨਿਯੋਤ ਨੂੰ ਯਾਦ ਰੱਖਣ ਦੀ ਥਾਂ ਆਤਮ ਮੰਡਲ ਦੇ ਵਿੱਚ ਲਿਵਲਿਨ ਹੋ ਕੇ ਧਿਆਨ ਮਗਨ ਬੈਠਾ ਸੀ ਉਸ ਨੂੰ ਧਰਤੀ ਉੱਪਰਲੇ ਆਪਣੇ ਇਸਰੂ ਜਿਵੇਂ ਬਾਰੇ ਯਾਦ ਵੀ ਨਹੀਂ ਸੀ ਰਿਆ ਦੂਜੇ ਦਿਨ ਜਿਸ ਵਿਅਕਤੀ ਨੇ ਪ੍ਰਸ਼ਾਦ ਛਕਣ ਦਾ ਨਿਯੋਤਤਾ ਦਿੱਤਾ ਸੀ ਇਸ ਗੱਲ ਦਾ ਉਸ ਪੁਰਸ਼ ਕੋਲ ਗਿਲਾ ਕਰਨ ਲੱਗਾ ਕਿ ਉਹ ਸਦਾ ਪਰਵਾਨ ਕਰਕੇ ਵੀ ਉਸ ਦਾ ਪ੍ਰਸ਼ਾਦ ਛਕਣ ਲਈ ਨਹੀਂ ਸੀ ਆਇਆ ਉਸ ਨੇ ਕਿਹਾ ਮਹਾਰਾਜ ਜੀ ਤੁਸੀਂ ਮੇਰਾ ਨਿਯੋਤ ਪਰਵਾਨ ਕਰ ਲਿਆ ਸੀ ਪਰ ਤੁਸਾਂ ਦਰਸ਼ਨ ਕਿਉਂ ਨਾ ਦਿੱਤੇ ਉਸ ਰਬੀ ਜੀਉੜੇ ਨੇ ਉੱਤਰ ਦਿੱਤਾ ਹੈ ਮੈਂ ਹਾਂ ਕੀਤੀ ਸੀ ਹਾਂ ਹਾਂ ਤਾਂ ਕੀਤੀ ਸੀ ਹੈ ਪਰ ਮੈਂ ਨਾ ਨਹੀਂ ਸੀ ਆਖੀ ਮੈਂ ਨਹੀਂ ਆ ਸਕਿਆ ਹਾਂਗਾ ਅਤੇ ਬਿਨਾ ਕਿਸੇ ਲੰਮੀ ਗਲਬਾਤ ਦੇ ਉਹ ਰਬ ਦਾ ਬੰਦਾ ਉੱਥੋਂ ਚਲਦਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ